ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਹੈ ਤੇ ਦੋਵੇਂ ਤਾਜ਼ੀਆਂ ਸੋਈਆਂ ਬਿਲਕੁਲ। ਦੋਵਾਂ ਦੇ ਬੱਚੇ ਆ ਦੇਖ ਲਓ, ਇੱਕ ਦਾ ਬੱਚਾ ਆ ਜੇ, ਇੱਕ ਛੋਟਾ ਜਿਹਾ ਪਿਆਰਾ ਜਿਹਾ ਕੁੱਤਾ ਵੀ ਜੇ, ਤੇ ਇੱਕ ਦੀ ਵੱਛੀ ਜੇ ਆ ਵਾਲੀ ਪਿਆਰੀ ਜੀ। ਆਹ ਦੇਖ ਸਕਦੇ ਦੋ ਵੈੜਾਂ, ਬਹੁਤ ਸੋਹਣਾ ਰੰਗ ਰੂਪ। ਜਿਹੜੀ ਆਹ ਵਾਲੀ ਵੈੜ ਦਾ ਤਾਜ਼ੀ ਸੂਈ ਆ ਇਹ ਵੀ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮੋਤਲਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਆਹ ਦੇਖ ਸਕਦੇ ਵੀਡੀਓ ਦੇ ਵਿੱਚ ਤੁਹਾਨੂੰ ਇਕੱਲਾ ਇਕੱਲਾ ਪਸ਼ੂ ਖੋਲ੍ਹ ਕੇ ਦਿਖਾਵਾਂਗੇ ਅਤੇ ਨਾਲ ਇਹਨਾਂ ਦੀ ਡਿਟੇਲ ਦੱਸਾਂਗੇ। ਆਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛਦੇ ਹਾਂ ਸਾਰੀ ਡਿਟੇਲ। ਜਿਹੜੇ ਵੀਰ ਇਸ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਦੱਸੋ ਜੀ? ਬਾ ਵਧੀਆ, ਕਿਰਪਾ ਦੇ ਪਰਮਾਤਮਾ ਦੀ। ਠੀਕ ਹੈ ਜੀ, ਤੇ ਵੀਰ ਜੀ ਆਪਣਾ ਨਾਮ ਬੋਲਦਾ ਜੀ ਇੱਕ ਵਾਰੀ। ਮੇਰਾ ਨਾਮ ਸਾਹਿਬ ਸਿੰਘ ਜੀ। ਹਾਂਜੀ, ਪਿੰਡ ਮੋਤਲਾ, ਠੀਕ ਹੈ, ਤਹਿਸੀਲ ਲੋਪੋਕੇ ਤੇ ਜ਼ਿਲ੍ਹਾ ਅੰਮ੍ਰਿਤਸਰ। ਤਹਿਸੀਲ ਆਪਣੀ ਲੋਪੋਕੇ ਕਿ ਅਜਨਾਲਾ? ਅਜਨਾਲਾ ਹੀ, ਪਰ ਚੇਂਜ ਹੋ ਗਈ 5-6 ਮਹੀਨੇ ਤੋਂ। ਅੱਛਾ, ਹੁਣ ਚੇਂਜ ਹੋ ਗਈ ਹੈ। ਚੇਂਜ ਹੋ ਗਈ ਲੋਪੋਕੇ ਚਲੀ। ਹਾਂ ਠੀਕ ਹੈ, ਤੇ ਅਜਨਾਲਾ ਉਤਰਾ ਕਿੰਨਾ ਕੁ ਪੈ ਜਾਂਦਾ ਆਪਾਂ ਨੂੰ? ਅਜਨਾਲਾ ਇੱਥੋਂ 8-9 ਕਿਲੋਮੀਟਰ ਪੈ ਜਾਂਦਾ ਜੀ। ਅੱਛਾ, 8-9 ਕਿਲੋਮੀਟਰ। ਹਾਂਜੀ ਹਾਂਜੀ, ਤੇ ਆਪਣਾ ਫੋਨ ਨੰਬਰ ਬੋਲਦੇ ਇੱਕ ਵਾਰੀ। 8199-3386। ਠੀਕ ਹੈ ਹਾਂਜੀ, ਤੇ ਵੀਰ ਜੀ ਆਪਣਾ ਵਪਾਰ ਦਾ ਕੰਮ ਹੀ ਆ? ਹਾਂਜੀ ਵਪਾਰ ਦਾ ਜੇ, ਵੈਸੇ ਮੇਰਾ ਕੰਮ ਹੈਗਾ ਜੇ ਪੇਂਟ ਦਾ। ਠੀਕ ਹੈ, ਠੇਕੇਦਾਰੀ ਬੰਦੇ ਲੱਗੇ ਨਾਲ ਮਾਲਾ ਕੰਮ ਕਰੀਦਾ। ਇਹ ਸ਼ੌਂਕ ਦੇ ਤੌਰ ਤੇ ਆਪਾਂ ਲੈ ਆਈਦਾ ਮਾਲ, ਸਾਡੇ ਬਾਪੂ ਜੀ ਕਰਦੇ ਤੇ ਹੁਣ ਚਲੋ ਨਹੀਂ ਕਰਦੇ, ਆਪਾਂ ਲੈ ਆਈਦਾ ਸ਼ੌਂਕ। ਅੱਛਾ, ਇਹ ਸ਼ੌਂਕ ਨਾਲ ਕੰਮ, ਜੇ ਕੋਈ ਚੰਗਾ ਪਸ਼ੂ ਮਿਲੇ ਤੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਹਾਂਜੀ। ਤੇ ਅੱਜ ਫਿਰ ਕਿਸ ਤਰ੍ਹਾਂ ਦੇ, ਕਿੱਥੇ ਪਸ਼ੂ ਵਕਾਊ? ਪਏ ਦੋ ਪਸ਼ੂ ਵਕਾਊ ਜੇ, ਇੱਕ ਆ ਛੋਟੀ ਵੱਛੀ ਜੇ ਤੇ ਇੱਕ ਆ ਜੇ ਪਹਿਲਣ ਵੱਛੀ ਛਿੱਗੀ ਜੇ। ਅੱਛਾ ਹਾਂਜੀ, ਤੇ ਆਪਾਂ ਫਿਰ ਛੋਟੀ ਤੋਂ ਸ਼ੁਰੂ ਕਰ ਦਿੰਦੇ ਹਾਂ। ਹਾਂਜੀ ਹਾਂਜੀ ਹਾਂਜੀ, ਆ ਦੇਖ ਸਕਦੇ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਇਹ ਬਿਲਕੁਲ ਦਰਮਿਆਨੇ ਜੇ ਕੱਦ ਵਾਲੀ ਤੁਹਾਨੂੰ ਇਹ ਵੱਛੀ ਦਿਖਾਵਾਂਗੇ, ਬਿਲਕੁਲ ਟੈਟ ਜਿਹਾ ਹਵਾਨਾ ਜਿਹੜਾ ਇਹਦਾ, ਬਿਲਕੁਲ ਠੰਡੀ ਸੀਲ ਵੀਰ ਜੀ ਨੀ ਦੱਸਦੇ। ਆ ਦੇਖ ਸਕਦੇ ਹਵਾਨਾ ਬਿਲਕੁਲ ਟੈਟ ਜਿਹਾ। ਹਾਂਜੀ ਵੀਰ ਜੀ, ਕਿੰਨਾ ਕੁ ਚਿਰ ਹੋ ਗਿਆ ਜੀ ਇਹਨਾਂ ਸੂਈ ਨੂੰ? ਇਹ ਸੂਈ ਨੂੰ ਭਾਜੀ ਹਫਤਾ ਹੋ ਗਿਆ ਜੀ। ਹਫਤਾ ਹੋ ਗਿਆ ਸੂਈ ਨੂੰ, ਤੇ ਮਗਰ ਕੀ ਆ ਗਿਆ ਇਹਦੇ? ਵੱਛੀ ਜਿਹੜੀ। ਕਿਹੜੀ ਵੱਛੀ ਹੈਗੀ ਇਹਦੇ ਮਗਰ? ਵੱਛੀ ਆ ਜਿਹੜੀ। ਅੱਛਾ ਆ ਵਾਲੀ, ਸੋਹਣੀ ਜੀ ਵੱਛੀ ਜਿਹੜੀ। ਠੀਕ ਆ, ਦੇਖ ਸਕਦੇ। ਤੇ ਕਿਨਵੇਂ ਸੂਬੇ ਸੂਈ ਹੈ ਇਹ? ਦੂਜਾ ਸੂਬਾ ਯਾਰ, ਦੂਜਾ ਸੂਬਾ। ਵੇਖਣ ਨੂੰ ਤੇ ਪਹਿਲਾਂ ਨਹੀਂ ਲੱਗਦੀ ਹੈ ਵੀ? ਹਾਂਜੀ ਹਾਂਜੀ, ਪਹਿਲਾਂ ਵੇਖਣ ਨੂੰ ਪਹਿਲਾਂ ਲੱਗਦੀ ਪਰ ਹੈ ਦੂਜੇ। ਅੱਛਾ ਹਾਂਜੀ ਹਾਂਜੀ, ਤੇ ਕਿੰਨਾ ਕੁ ਦੁੱਧ ਦੇ ਕਰ ਜੂਗੀ? ਦੁੱਧ ਦੇ ਕੋ ਵੀਰ ਜੀ 10 ਕਿਲੋ ਹੋ ਜੂਗਾ, ਪਰ ਹਜੇ 7.5-8 ਕਿਲੋ ਦੇ ਵਿੱਚ। ਅੱਛਾ ਜੇ 7.5-8 ਕਿਲੋ ਜਿਹੜਾ ਦੁੱਧ ਹੈਗਾ ਵਾ, ਤੇ ਪਰ ਦੁੱਧ 10 ਕਿਲੋ ਉੱਠ ਪਾ ਜੂਗਾ, 10 ਕਿਲੋ ਪੱਕਾ ਹੋ ਜੂਗਾ ਦੇਖੋ। ਠੀਕ ਹੈ, ਤੇ ਆਓ ਫਿਰ ਇੱਕ ਵਾਰੀ ਖੋਲ ਕੇ ਖਾਈਏ। ਆ ਦੇਖ ਸਕਦੇ ਦੋਸਤੋ, ਉੱਥੇ ਕੋਈ ਕਮਾਲ ਹੋਇਆ ਜੀ, ਤਾਜ਼ੀ ਸੂਈ ਜਿਹੜੀ। ਹਾਂ ਦੇਖ ਸਕਦੇ, ਅਜੇ ਵੀਰ ਜੀ ਨੇ ਦੱਸਦੇ ਕਿ 7.5-8 ਕਿਲੋ ਦੁੱਧ ਜਿਹੜਾ ਬੋਲਾ ਹੀ ਆ ਜਿਹੜਾ ਤਿਆਰ ਹੈ, ਜਿਹੜਾ ਦੁੱਧ ਆ 10 ਕਿਲੋ ਜਿਹੜਾ ਦੁੱਧ ਬੜੇ ਅਰਮਾਨ ਨਾਲ ਕਰ ਜੂਗੀ। ਆਹੋ ਵੇਖਦੇ ਹੁਣ ਵੀਰ ਜੀ ਹੁਣ ਕੀ ਇਹਨਾਂ ਦੇ ਮੁੱਲ ਕਰਦੇ। ਸੋਹਣੀ ਵੱਛੀ ਹੈ ਵੀ, ਨਵੀਂ ਨਵੀਂ ਵੱਛੀ ਆ, ਦੂਜੇ ਸੂਬੇ ਬੈਠ ਆ। ਠੰਡੀ ਜੇ, ਕੋਈ ਵੰਗਾ ਨਹੀਂ ਪਾਉਣਾ। ਅੱਛਾ, ਏਦਾਂ ਹੀ ਬਸ ਬੱਚਾ ਛੱਡੋ ਭਸਮ ਜੇ, ਭਾਵੇਂ ਬਾਹਰ ਬਾਲਟੀ ਥੱਲੇ ਰੱਖ ਕੇ ਪਰੇ ਘੁੰਮੋ, ਫਿਰ ਥੱਲੇ ਬਹਿਰੋ। ਅੱਛਾ, ਹਿਲਦੀ ਨਹੀਂ ਆਗੇ, ਮੈਂ ਨਾ ਲੱਤ ਨਾ ਹਿਲਾਊਗੀ। ਠੀਕ ਆ, ਜਿੱਥੇ ਲੱਤ ਰੱਖਦੀ ਉੱਥੇ ਦੂਜੀ ਥਾਂ ਲੱਤ ਨਾ ਖੜੂਗੀ। ਠੀਕ ਆ ਠੀਕ ਆ, ਹਾਂਜੀ ਹਾਂਜੀ ਹਾਂਜੀ। ਤੇ ਕੀ ਫਿਰ ਮੁੱਲ ਕਰਦੇ ਇਹਦਾ? ਮੁੱਲ ਤੇ ਵੀਰ ਜੀ ਆਪਾਂ ਜਾਇਜ਼ ਹੀ, ਜੇ ਬਾਹਰ ਉਦਾਂ ਜਾਈਏ ਤੇ ਲੋਕ ਮੁੱਲ ਬੜਾ ਕਰਦੇ ਜੇ, ਪਰ ਆਪਾਂ ਲੋਕਾਂ ਵਾਲਾ ਮੁੱਲ ਨਹੀਂ ਕਰਨਾ। ਠੀਕ ਆ, ਆਪਾਂ ਲੈਣ ਦੇਣ ਵਾਲੀ ਗੱਲ ਕਰਨੀ ਆ। ਹਾਂਜੀ, ਵੀ ਜਿਹੜੇ ਸਾਡੇ ਸਾਰੇ ਵੀਰ ਸਾਡੀ ਵੀਡੀਓ ਵੇਖਣ, ਹਾਂਜੀ, ਤੇ ਮਾਰ ਲਓ ਹਰ ਕੋਈ ਇਹੋ ਕਵੇ ਕਿ ਮਾਲ ਆਪਾਂ ਪਸ਼ੂ ਖਰੀਦੀਏ। ਠੀਕ ਆ ਠੀਕ ਆ, ਹਾਂਜੀ ਹਾਂਜੀ। ਤੇ ਫਿਰ ਕਿੰਨਾ ਕੁ ਜਾਇਜ਼ਾ ਮੁੱਲ ਕਰਦੇ ਲੱਗੇ ਜੇ? ਮੁੱਲੇ ਦਾ ਜਾਇਜ਼ ਹੀ ਕਰਾਂਗੇ ਭਾਜੀ, ਕਰ ਦਿਓ ਫਿਰ ਜਾਇਜ਼ਾ ਮੁੱਲ। 21,000 ਦੀ ਦੇ ਦਾਂਗੇ ਭਾਜੀ। 21,000 ਦੀ? ਹਾਂਜੀ। ਤੇ 21,000 ਚ ਮਾਨਤਾਨ ਜ਼ਰੂਰ ਕਰਾਂਗੇ? ਅੱਛਾ, ਉੱਚ ਮਾਨਤਾਨ ਕਰ ਦੋਗੇ? ਮਾਨਤਾਨ ਕਰਾਂਗੇ ਜ਼ਰੂਰ। ਦੂਜੇ ਸੂਬੇ ਬੈਠ ਤੇ? ਹਾਂਜੀ ਹਾਂਜੀ, 21,000 ਦੀ ਤੁਸੀਂ ਦੇ ਦੋਗੇ? ਹਾਂਜੀ, ਉੱਚ ਵੀ ਮਾਨਤਾਨ ਆ ਜਿਹੜਾ ਇਹ ਦੋਸਤੋ ਤੁਹਾਨੂੰ ਦਿਖਾਈਏ। ਆ ਦੇਖ ਸਕਦੇ, ਕੋਈ ਵੀਰ ਆਵੇ ਆਪਣਾ 2-3 ਟਾਈਮ ਤਸੱਲੀ ਕਰੇ, ਇੱਕ ਵਾਰੀ ਤੁਹਾਨੂੰ ਅੱਗੇ ਤਾਂ ਵੀ ਦਿਖਾ ਦਿੰਦੇ ਥਾਣ ਪਸਮ ਕੇ। ਉਮੀਦ ਆ ਕਿ ਸੋਹਣਾ ਤਿਆਰ, ਜਿੱਦਾਂ ਮਰਜ਼ੀ ਵੱਡਿਆ ਥਲਾ ਕੇ ਚੋਵੇ, ਪੂਰੀ ਵਧੀਆ ਧਾਰ ਆਊ। ਠੀਕ ਆ ਵੀਰ ਜੀ, ਹੁਣੇ ਕਹਿੰਦੇ ਕਿ ਵਧੀਆ ਧਾਰ ਆਊਗੀ, ਥਾਣ ਵਧੀਆ ਪਸਮਾ ਕੇ ਕਰ ਲੈਂਦੀ ਆ। ਤੇ ਆ ਤੁਹਾਨੂੰ ਹੁਣ ਦੂਸਰੇ ਨੰਬਰ ਵਾਲੀ ਜਿਹੜੀ ਵੱਡੇ ਉੱਚੇ ਲੰਮੇ ਕੱਦ ਕਾਠ ਦੀ ਤੁਹਾਨੂੰ ਵੈੜ ਦਿਖਾਉਣੀ ਆ। ਪਹਿਲੇ ਸੂਆ ਜੇ ਵੀਰ ਜੀ ਹੁਣੇ ਕਹਿੰਦੇ ਕਿ ਸੂਈ ਆ, ਬਾਕੀ ਤੁਹਾਨੂੰ ਹਵਾਨੇ ਦੀ ਕੁਆਲਿਟੀ ਦਿਖਾ।
हाँ देख सकते हवाना पहले सूबे बैठता हवाना तुम देख सकते चंगा खुला जिहड़ा हवाना बैठ ने तैयार किया। हाँ जी वीर जी फिर पहले सूबे सूई है जी। हाँ जी पहले सूबे जे ते है भी शिग्गी जे मुंह दी शिग्गी है। हाँ जी शिग्गी दांदे विखा दे फिर एक करी लाओ जी लाओ जी। लाओ जी बहुत सोनिया जिहड़ियां मिल्क वेन्स आ रही देख सकते किन्ना क चिर हो गया वीर जी इन्हां सूई नूं सूई नूं 15 तो 15 to 13 किलो पहले सुबह बच्छी है। चलो ठीक है जो मतलब बच्छी सोहनी सुनखी बड़ी है कद काट चंगा बच्छी का चलो फिर खोलिए एक करिया भी तोर के विखाइए आप देख सकते दोस्तों रंग रूप बड़ा सोहना दोस्तों जिहड़ा बच्छी का कद काटती भी चंगी है हवाना जिहड़ा बच्छी ने सोहना तैयार किया देख सकते हवाना एक करी तुसीं लागे तो थाने भी पसम के सोहना तैयार करूगी बाकी कद काठ भी चंगा सोहना है जिन्ना भीर डिमांड होंगी एच एफ गां घर रखन की हौले मुल वाली अज वेखते उन्ना भीर डिमांड पूरी होंगी है कि नहीं बाकी थाना हवाना यह बिल्कुल ऐ बराबर आ रहा तुम देख सकते अजे पहला सूआ बच्छी का तो ऐ ठंडी सील आ वेख सकते एक करी वीर जी लाओ हाथ थोड़ा जहा ते हाँ जी वीर जी फिर की कर दे फिर एदा मुल मुल दे वीर जी जे बाहर ही जाइए चलो जाइदा ही है वेखण डंगर हाँ जी ए दांदे लोग 50-50 हज़ार मंगी जांदे अच्छा कर दे हाँ जी ए भाई मुल एदा ओदा ते वैसे बाहर फिरिए ते लोग एदा मतलब जिहड़ी 12-13 किलो मौसम दे हिसाब नाल होना ठंड दे कारण हाँ जी 12-13 किलो वाली दा ही 50 हज़ार मंगी जांदे आपां फिर भी इन पठे जो बालटा कठे तीन पशुआ पठे पैने जे दसे जो बरसन बुरसन हो गया फिर भावे इन्हों मेरे बरसन से 16 किलो ए दुद्ध चोलो अच्छा वह भी कंडे का भाजी अच्छा अच्छा ए नहीं भी जहां आप कहना 16 to 13 किलो दुद्ध हूं भी जरा पक्का कंडे का दुद्ध जी ठीक है। हाँ जी हाँ जी हाँ जी हाँ जी ते बाकी 16 किलो दुद्ध पक्का जिदन बरसन हो गए आज तो 10-15 दिन जो धुप लगी ठीक है 16 किलो दुद्ध पक्का दूगी बछी ठीक है। हाँ जी हाँ जी बहुत उच्चे कद काठ वाली जिहड़ी आ बैठ आ चंगे वधिया वीर जी होणां ने आपां नूं सारियां गल्लां दस्सियां बाकी रंग रूप इहदा बहुत सोहना जिहड़ा बैठदा दुद्ध तो वीर जी होनी कहें कि 15 किलो भी कर दूगी पट्ठे तुम हमने दिखाए हैं बालटा के पट्ठे है जो 3 पशुओं पैने हैं तो थन सोहना लगा वा पहले सूए के हिसाब ना पसम के बहुत सोहना मुठ्ठी वाला थन तैयार करूगी किस व जे किसी वीर में भी पशु पसंद आता है अपना आवे 2 टाइम 3 टाइम तसली करे
तो फिर अपना पशु खरीदे जी। वीडियो ने पूरा देखने लिए बहुत बहुत धन्यवाद जी।